ਬੀਬੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਈਵਨਿੰਗ ਬੁਲੇਟਿਨ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਕੁਝ ਖਾਸ ਖਬਰਾਂ ਤੋਂ। ਗੁਰਦਾਸਪੁਰ ਦੇ ਪਿੰਡ ਸਿੰਧਵਾਂ ਵਿੱਚ ਸਵੇਰਸਾਰ ਚੋਰਾਂ ਨੇ ਇੱਕ ਏਟੀਐਮ ਦੀ ਭੰਨ ਤੋੜ ਕਰ 2,36,000 ਰੁਪਏ ਕੀਤੇ ਚੋਰੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੋਏ ਦਰਬਾਰ ਸਾਹਿਬ ਨਤਮਸਤਕ, ਦਿੱਲੀ ਸੰਸਦ ਕੂਚ ਤੋਂ ਪਹਿਲਾਂ ਕੀਤੀ ਅਰਦਾਸ। ਅੰਮ੍ਰਿਤਸਰ ਦੇ ਪਹਾੜੀ ਵਾਲ ਦੇ ਰਹਿਣ ਵਾਲੇ 3 ਦੇਸੀ ਸ਼ਰਾਬ ਤਸਕਰ ਕੀਤੇ ਗਏ, ਪੁਲਿਸ ਵੱਲੋਂ ਕਾਬੂ। ਪੰਜਾਬ ਰਾਜ ਬਿਜਲੀ ਬੋਰਡ ਦਾ ਹਾਕੀ ਪਲੇਅਰ ਆਪਣੇ ਖਰਚੇ ਤੇ ਬਿਨਾਂ ਭੇਦਭਾਵ ਬੱਚਿਆਂ ਨੂੰ ਸਿਖਾ ਰਿਹਾ ਮੁਫ਼ਤ ਵਿੱਚ ਹਾਕੀ। ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕ ਮੇਲ ਵਿੱਚੋਂ ਨਿਕਲ ਰਿਹਾ ਗੰਦਾ ਪਾਣੀ, ਲੋਕ ਹੋਏ ਪਰੇਸ਼ਾਨ, ਹੁਣ ਕਿਹਾ NGTP ਨੂੰ ਕੀਤਾ ਜਾਵੇਗਾ ਸੂਚਿਤ। ਆਓ ਨਜ਼ਰ ਮਾਰ ਲੈਂਦੇ ਹਾਂ ਕੁਝ ਵਿਸਥਾਰ ਦੇ ਨਾਲ ਇਹਨਾਂ ਖ਼ਬਰਾਂ 'ਤੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਗੁਰਦਾਸਪੁਰ ਦੀ, ਜਿੱਥੇ ਪਿੰਡ ਸਿੰਧਵਾਂ ਦੇ ਵਿੱਚ ਇੱਕ ATM ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਚੋਰਾਂ ਦੇ ਵੱਲੋਂ ATM ਦੀ ਮਸ਼ੀਨ ਦੀ ਭੰਨ ਤੋੜ ਕਰਕੇ ਲੱਖਾਂ ਰੁਪਏ ਚੋਰੀ ਕਰ ਦਿੱਤੇ ਗਏ ਅਤੇ ਇਹ ਸਾਰੀ ਘਟਨਾ ਹੀ CCTV ਦੇ ਵਿੱਚ ਕੈਦ ਹੋ ਗਈ ਹੈ। ਗੁਰਦਾਸਪੁਰ ਦੇ ਪਿੰਡ ਸਿੱਧਵਾਂ ਵਿੱਚ ਸਵੇਰਸਾਰ ਰੋਡ ਦੇ ਉੱਪਰ ਲੱਗੇ ਪੰਜਾਬ ਐਂਡ ਸਿੰਧ ਬੈਂਕ ਦੇ ATM ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ 2,36,000 ਰੁਪਏ ਦੀ ਨਕਦੀ ਲੁੱਟ ਕੇ ਚੋਰ ਮੌਕੇ ਤੋਂ ਫਰਾਰ ਹੋ ਗਏ ਨੇ। ਪੁਲਿਸ ਅਧਿਕਾਰੀਆਂ ਨੇ ਘਟਨਾ ਸਥਲ ਦਾ ਜਾਇਜ਼ਾ ਲੈਣ ਉਪਰੰਤ CCTV ਕੈਮਰੇ ਦੇ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹਨਾਂ ਚੋਰਾਂ ਨੂੰ ਜਲਦ ਹੀ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮੌਕੇ 'ਤੇ ਪਹੁੰਚੇ DSP ਰਾਜੇਸ਼ ਕੱਕੜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਵੇਰਸਾਰ ਗੁਰਦਾਸਪੁਰ ਦੇ ਪਿੰਡ ਸਿੰਧਵਾਂ ਵਿੱਚ ਲੱਗੇ ਪੰਜਾਬ ਐਂਡ ਸਿੰਧ ਬੈਂਕ ਦੇ ਇੱਕ ATM ਦੀ ਗੈਸ ਕਟਰ ਨਾਲ ਭੰਨ ਤੋੜ ਕਰਕੇ ਉਸ ਵਿੱਚੋਂ 2,36,000 ਰੁਪਏ ਦੇ ਕਰੀਬ ਕੈਸ਼ ਚੋਰੀ ਕੀਤਾ ਗਿਆ। ਉਹਨਾਂ ਦੱਸਿਆ ਕਿ ATM ਵਿੱਚ ਲੱਗੇ CCTV ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਫੁਟੇਜ ਦੇ ਵਿੱਚ 3 ਵਿਅਕਤੀਆਂ ਨੂੰ ਵੇਖਿਆ ਗਿਆ ਜਿਨ੍ਹਾਂ ਨੂੰ ਫੜਨ ਲਈ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਚੋਰਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਆਓ ਜਾਣ ਲੈਂਦੇ ਹਾਂ ਇਸ ਮੌਕੇ DSP ਰਾਜੇਸ਼ ਕੱਕੜ ਦਾ ਕੀ ਕਹਿਣਾ ਹੈ। ਪੁਲਿਸ ਸਟੇਸ਼ਨ ਤਿੱਬੜ ਦੇ ਅੱਡਾ ਸਿੱਧਵਾਂ ਵਿੱਚ ਇੱਕ ATM ਨੂੰ ਕੁਝ ਅਣਪਛਾਤੇ ਵਿਅਕਤੀ ਗੈਸ ਕਟਰ ਨਾਲ ਕੱਟ ਕੇ ਲੈ ਗਏ ਆ। ਉਹਦਾ ਮੌਕਾ ਵੇਖਣ ਆਏ ਸੀ ਅਤੇ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਕਿੰਨਾ ਕੈਸ਼ ਇਹਦੇ ਵਿੱਚ? ਵਿੱਚ ਐਜ਼ ਪਰ ਦਾ ਇਨਫੋਰਮੇਸ਼ਨ 2,36,500 ਰੁਪਇਆ ਜੀ। ਪੁਲਿਸ ਹੈਗੀ ਹੈਗੀਆਂ ਉਹ ਤੁਸੀਂ ਏਡ ਲੈ ਉੱਥੋਂ ਕੋਈ ਲੈ ਰਹੇ ਹਾਂ ਆਪਾਂ ਉਹਨਾਂ ਦਾ ਲੈ ਰਹੇ ਹਾਂ। ਹੁਣ ਸਮਝ ਆਇਆ ਕਿ ਇੱਕ ਚੋਰੀ ਹੋਈ ਆ, ਇੱਕ ਲੁੱਟ ਹੋਈ ਆ। ਤਫਤੀਸ਼ ਕਰਾਂਗੇ, ਪ੍ਰਤੱਖ ਕਰਾਂਗੇ, ਇਨਵੈਸਟੀ ਕਰਾਂਗੇ। ਇਹ ਅਬਾਊਟ ਐਜ਼ ਪਰ ਇਨਫੋਰਮੇਸ਼ਨ ਸਵੇਰੇ 4:30 ਦੀ ਹੈ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਦੇ ਨਾਲ ਦੀ TVNRI। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ, ਸੰਸਦ ਕੂਚ ਕਰਨ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਇੱਥੇ ਅਰਦਾਸ ਕੀਤੀ ਗਈ। ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ ਹੈ, ਆਓ ਜਾਣ ਲੈਂਦੇ ਹਾਂ। ਦਿੱਲੀ ਬਾਰਡਰ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲਗਭਗ 8 ਮਹੀਨੇ ਦਾ ਸਮਾਂ ਹੋ ਚੱਲਿਆ ਹੈ, ਲੇਕਿਨ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਹੁਣ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਹੋਰ ਤੇਜ਼ ਕਰਦੇ ਹੋਏ 22 ਜੁਲਾਈ ਨੂੰ ਸੰਸਦ ਕੂਚ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਕਵਲਪ੍ਰੀਤ ਸਿੰਘ ਪੰਨੂ ਅੱਜ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਅਤੇ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਨੇ ਸੰਸਦ ਕੂਚ ਲਈ ਜਾਣ ਵਾਲੇ ਕਿਸਾਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ। ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕੀ ਕਿਹਾ ਹੈ, ਆਓ ਜਾਣ ਲੈਂਦੇ ਹਾਂ। ਮੈਂ ਕਵਲਪ੍ਰੀਤ ਸਿੰਘ ਪੰਨੂ, ਆਗੂ ਸੰਯੁਕਤ ਕਿਸਾਨ ਮੋਰਚਾ, ਮੈਂ ਦਿੱਲੀਓਂ ਆ ਰਿਹਾ। ਅਸੀਂ 26 ਨਵੰਬਰ ਦੇ ਦਿੱਲੀ ਗਏ ਹਾਂ। ਅੱਜ ਸਾਡੇ ਅੰਦੋਲਨ ਨੂੰ ਲਗਭਗ 8 ਮਹੀਨੇ ਪੂਰੇ ਹੋਣ ਜਾ ਰਹੇ ਹਾਂ। ਮੈਂ 8 ਮਹੀਨਿਆਂ ਬਾਅਦ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਆਇਆ। ਮੈਂ ਲਗਾਤਾਰ ਉੱਥੇ ਹਾਂ। ਅਸੀਂ ਇਹ ਪ੍ਰਣ ਕੀਤਾ ਕਿ ਮੋਰਚਾ ਜਿੱਤ ਕੇ ਫਿਰ ਘਰ ਨੂੰ ਵਾਪਸ ਆਵਾਂਗੇ। ਅੱਜ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ, ਅਰਦਾਸ ਬੇਨਤੀ ਕਰਨ ਤੋਂ ਬਾਅਦ ਕਿ ਸਾਡੇ ਮੋਰਚੇ ਨੂੰ ਬਲ ਬਖਸ਼ਿਓ, ਮੋਰਚੇ ਨੂੰ ਫਤਿਹ ਬਖਸ਼ਿਓ, ਅਤੇ ਇਸ ਤੋਂ ਬਾਅਦ ਰਾਮ ਤੀਰਥ ਨੇੜੇ ਝੰਝੋਟੀ ਆ, ਉੱਥੇ ਬਹੁਤ ਵੱਡਾ ਇਕੱਠ ਕਿਸਾਨ ਕਰ ਰਹੇ ਆ, ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਇਕੱਠੇ ਹੋ ਰਹੇ ਆ। ਉੱਥੇ ਸੱਦਾ ਦੇਵਾਂਗੇ ਕਿ 22 ਜੁਲਾਈ ਨੂੰ ਜਿਹੜਾ ਅੰਦੋਲਨ ਅਸੀਂ ਆਰੰਭ ਕਰ ਰਹੇ ਹਾਂ, ਜਿਹੜਾ ਰੋਸ ਮਾਰਚ ਪਾਰਲੀਮੈਂਟ ਵੱਲ ਨੂੰ ਤੋਰ ਰਹੇ 22 ਜੁਲਾਈ ਤੋਂ, ਜਿਹੜਾ 13 ਅਗਸਤ ਤੱਕ ਜਾਰੀ ਰਹਿਣਾ, ਉਸ ਅੰਦੋਲਨ ਲਈ ਸੱਦਾ ਦੇਣ ਆਏ ਹਾਂ। ਉਹਦੇ 'ਚ ਸਾਡੇ ਜਿੱਥੇ ਕਿਸਾਨਾਂ ਦੇ ਜਥੇ ਜਾਣੇ ਆ, 26 ਜੁਲਾਈ ਨੂੰ ਇੱਕ ਔਰਤਾਂ ਦਾ ਵੱਡਾ ਜਥਾ ਉਹ ਪਾਰਲੀਮੈਂਟ ਵੱਲ ਰੋਸ ਮਾਰਚ ਕਰੂਗਾ। ਇਸੇ ਤਰ੍ਹਾਂ ਹੀ ਇੱਕ ਦਿਨ ਨੌਜਵਾਨਾਂ ਦਾ ਜਥਾ ਰੋਸ ਮਾਰਚ ਕਰੂਗਾ। ਇਸੇ ਤਰ੍ਹਾਂ
9 अगस्त नूं जिदन भारत छड्डो अंदोलन की वरेगंढ आ उस दिन औरतों का वड्डा जथा पार्लीमेंट वल नूं रोस मार्च करेगा। तो असी तुहाडे माध्यम राही अपने किसानों अपील करते हाँ कि हुण कम्मां करां तों वेले हो गए जे, हुण वड्डी गिणती च वीरां कत्त के दिल्ली आ जाओ। एक वारी फिर उस तरह ही जिदा जनवरी दे विच मोढे नाल मोढा वजदा सी, मोढे नाल मोढा मार दिए ते मोदी सरकार दा जिहड़ा दिल्ली दी गद्दी नूं राह जांदा यूपी राही वह राह बंद कर दिए। असी मिशन यूपी 26 जुलाई नूं आरंभ कर रहे हां ते मोदी नूं गद्दी तों ला के मोर्चा जित के फिर पंजाब वापसी पावांगे। अमृतसर तों मुकेश मेहरा दी रिपोर्ट दे नाल दी टीवीएन राय। अमृतसर पुलिस नूं वड्डी सफलता हासिल हुई है। दरअसल अमृतसर दे भराड़ीवाल दे रहण वाले 3 देसी शराब दे तस्करां नूं पुलिस ने काबू कर लिया ते इन्हां दे कोलों पुछगिछ जारी है। दोषी फिर दो फड़े जी अही उन्हां कोल एक आटो नाल 200 बोतल शराब नजायज़ ते एक बार दो नाल मार लिया गए बत्ते। कित्थों कित्थों रिकवरी हुई है जी? रिकवरी अपने भराड़ीवाल मोड़ तों प्रतापपुर चौंकी लागों। शमशेर ਇਹ ਪਿੰਡ ਜਗਤਪੁਰੇ ਦਾ, ਇੱਕ ਸੰਨੀ ਜੇ ਇਹ ਪਿੰਡ ਘਰਾਲੇ ਦਾ, ਇੱਕ ਹੈਗਾ ਜੇ ਇਹ ਸੁਖਵਿੰਦਰ ਸਿੰਘ ਇਹ ਪਿੰਡ ਕਲਸੀਆਂ ਦਾ। ਟੋਟਲ ਸਰ ਕਿੰਨੀ ਸ਼ਰਾਬ ਫੜੀ ਹੈ? ਇਹ ਟੋਟਲ ਹੈਗੀ 245 ਬੋਤਲ ਸ਼ਰਾਬ। ਪੰਜਾਬ ਰਾਜ ਬਿਜਲੀ ਬੋਰਡ ਦਾ ਹਾਕੀ ਪਲੇਅਰ ਜੋ ਕਿ ਰੂਪਨਗਰ ਦਾ ਰਹਿਣ ਵਾਲਾ ਹੈ ਆਪਣੇ ਖਰਚੇ ਦੇ ਉੱਤੇ ਨਿੱਕੇ ਨਿੱਕੇ ਬੱਚਿਆਂ ਨੂੰ ਹਾਕੀ ਸਿਖਾ ਰਿਹਾ ਹੈ ਅਤੇ ਇਹ ਵਿਲੱਖਣ ਸੇਵਾ ਨਿਭਾ ਰਿਹਾ ਹੈ। ਹਾਂਜੀ, ਮੇਰਾ ਨਾਮ ਸਰਦਾਰ ਇੰਦਰਜੀਤ ਸਿੰਘ ਜੀ, ਮੈਂ ਪੰਜਾਬ ਰਾਜ ਬਿਜਲੀ ਬੋਰਡ ਦਾ ਹਾਕੀ ਪਲੇਅਰ ਹਾਂ ਜੀ ਅਤੇ ਇਹ ਰੂਪਨਗਰ ਹਾਕੀ ਅਕੈਡਮੀ ਰਜਿਸਟਰਡ ਆ ਜੀ ਇਹ। ਅਤੇ ਬੱਚਿਆਂ ਨੂੰ ਕਿੰਨੇ ਕੁ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਅਤੇ ਕੀ ਇਹਦੀ ਫੀਸਾਂ ਵਗੈਰਾ ਲੈ ਰਹੇ? ਇੱਥੇ ਸਰ ਕੋਈ ਫੀਸ ਨਹੀਂ ਹੈਗੀ ਜੀ, ਇੱਥੇ ਹਾਕੀਆਂ ਬਾਲਾਂ ਬੂਟ ਕਿੱਟ ਅਤੇ ਖਾਣ ਪੀਣ ਦਾ ਸਮਾਨ ਹੀ ਫਰੀ ਦਿੱਤਾ ਜਾਂਦਾ ਜੀ। ਅਤੇ ਖਰਚਾ ਵਗੈਰਾ ਕਿੱਥੋਂ ਜਿਹੜਾ ਸਾਰਾ ਖਰਚਾ? ਮਤਲਬ ਜ਼ਿਆਦਾ ਅਸੀਂ ਆਪਣੇ ਮਤਲਬ ਵੀ ਸਾਡੇ ਬੱਚੇ ਬਾਹਰ ਹੈਗੇ ਆ, ਦਵਿੰਦਰ ਸਿੰਘ ਚਿਤਾਣਾ ਜੀ ਪ੍ਰਧਾਨ ਸਾਡੇ ਉਹ ਵੀ ਆਪਣੇ ਕਰ ਰਹੇ ਆ, ਕੁਝ ਸਾਡੇ ਆ ਬਘੇਲ ਸਿੰਘ ਹੈਗੇ MD ਸਾਹਿਬ ਇਹ ਵੀ ਸਾਡੀ ਮਦਦ ਕਰਦੇ ਆ, ਅਤੇ ਭਦਵੰਤ ਸੱਜਣ ਹੈਗੇ ਜੀ ਆਪਣੇ ਮਿੱਤਰ, ਇੱਕ ਆਪਣਾ ਹੈਗਾ ਜੀ ਆਪਣੇ ਮਿੱਤਰ ਹੈਗੇ 3-4 ਜੀ ਜਿਹੜੇ ਆਪਣੇ ਦੀ ਐਡ ਕਰਦੇ ਜੀ। ਇਹਦੇ 'ਚ ਖਾਸ ਬੱਚੇ ਲਏ ਜਾਂਦੇ ਆ ਕਿਸੇ ਵੀ ਜਾਤ ਵਰਗ ਕਿਸੇ ਵੀ ਅਮੀਰ ਗਰੀਬ ਸਭ? ਨਹੀਂ ਸਰ, ਇੱਥੇ ਕੋਈ ਅਮੀਰ ਗਰੀਬ ਨਹੀਂ, ਕੋਈ ਜਾਤ ਨਹੀਂ ਜੀ। ਇੱਥੇ ਜਿਹੜਾ ਵੀ ਬੱਚਾ ਸਾਡੇ ਕੋਲ ਆ ਗਿਆ, ਚਾਹੇ ਅਮੀਰ ਆ ਚਾਹੇ ਗਰੀਬ ਆ, ਸਾਰਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਆ ਫਰੀ ਔਰ ਕੋਸਟ, ਕੋਈ ਫੀਸ ਨਹੀਂ ਲਈ ਜਾਂਦੀ। ਅਤੇ ਹੁਣ ਮੌਜੂਦਾ ਸਮੇਂ 'ਚ ਕਿੰਨੀਆਂ ਟੀਮਾਂ ਜਿਹੜੀਆਂ ਤਿਆਰ ਕਰ, ਕਿਹੜੇ ਕਿਹੜੇ ਵਰਗ ਦੀਆਂ ਉਮਰ ਦੀਆਂ? ਹਾਂ, ਸਾਡੇ ਕੋਲ ਮਤਲਬ ਵੀ ਨਾ ਅੰਡਰ 10 ਤੋਂ ਸ਼ੁਰੂ ਕਰ ਲੈਂਦੇ ਬੱਚਿਆਂ ਨੂੰ ਜੀ, ਅੰਡਰ 8 ਦੇ ਵੀ ਹੈਗੇ ਆ ਜੀ, ਮਤਲਬ ਵੀ ਆਪਣਾ 21 ਤੱਕ ਸਾਡੇ ਕੋਲ ਸਾਰੇ ਬੱਚੇ ਆ। ਤਕਰੀਬਨ 115 ਬੱਚਾ ਸਾਡੇ ਕੋਲ ਰੋਜ਼ ਪ੍ਰੈਕਟਿਸ ਕਰਦਾ ਜੀ। ਅਤੇ ਕਿਹੜੀ ਕਿਹੜੀ ਟੀਮਾਂ ਤੁਸੀਂ ਤਿਆਰ ਕੀਤੀਆਂ? ਕਿੰਨੇ ਬੱਚੇ ਤੁਹਾਡੇ ਹੁਣ ਤੱਕ ਜਿਹੜੇ ਉੱਪਰ ਤੱਕ ਲੈਵਲ? ਸਾਡਾ ਮੈਕਸੀਮਮ ਸਾਡੇ ਕੋਲ ਮੇਰੇ ਹਿਸਾਬ ਨਾਲ ਜੇ ਚੰਗੀਆਂ ਟੀਮਾਂ 'ਚ 50-60 ਬੱਚਿਆਂ ਦੇ ਉੱਪਰ ਬੱਚੇ ਜਿਹੜੇ ਚੰਗੀਆਂ ਟੀਮਾਂ 'ਚ ਗਏ ਆ, ਜਿਵੇਂ ਪੰਜਾਬ ਰਾਜ ਲਈ ਬੋਜ ਹੈਗਾ ਅਤੇ BSF ਹੈਗੀ ਆ ਅਤੇ ਏਅਰਫੋਰਸ ਹੈਗੀ ਆ, ਅਤੇ ਮਤਲਬ ਜਿਹੜੀ ਚੰਗੀਆਂ ਟੀਮਾਂ ਨਾਮਵਾਰ ਆ ਭਾਰਤ ਪੈਟਰੋਲੀਅਮ ਹੈਗੀ ਆ, ਅਤੇ ਚੰਡੀਗੜ੍ਹ ਮਤਲਬ ਬਿਆਲੀ ਹਾਕੀ ਅਕੈਡਮੀ ਸਾਡੇ 13 ਬੱਚੇ ਆ ਜੀ, ਸੁਰਜੀਤ ਅਕੈਡਮੀ 'ਚ ਹੈਗੇ ਸਾਡੇ ਇੱਥੇ, ਅਤੇ ਪੰਜਾਬ ਦੀ ਹਾਕੀ ਅਕੈਡਮੀ ਆਪਣਾ ਮੋਹਾਲੀ ਵਾਲੀ ਹੈ, ਇੱਥੇ ਸਾਡੇ ਬੱਚੇ ਆ ਜੀ, ਫਿਰਕ ਅਕੈਡਮੀ ਸਾਡੇ ਅਕੈਡਮੀ ਦੇ ਬੱਚੇ ਹਨ। ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕ ਇੱਕ ਮੀਲ ਦੇ ਵਿੱਚੋਂ ਗੰਦਾ ਪਾਣੀ ਨਿਕਲ ਰਿਹਾ ਜਿਸ ਕਾਰਨ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਅਤੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਵੀ ਨੇ। ਅਤੇ ਇਸੇ ਕਰਕੇ ਹੁਣ ਨੌਜਵਾਨਾਂ ਦੇ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਸ ਕਮੇਟੀ ਦੇ ਵੱਲੋਂ ਹੁਣ NGTP ਨੂੰ ਸ਼ਿਕਾਇਤ ਵੀ ਕੀਤੀ ਜਾਵੇਗੀ। ਮੇਰਾ ਨਾਮ ਮਨਦੀਪ ਧਰਦਿਓ ਆ ਜੀ। ਸਾਡੇ ਇਸ ਖੇਤਰ ਦੇ ਵਿੱਚ ਜਿਹੜਾ ਰਾਣਾ ਸ਼ੂਗਰਸ ਵੱਲੋਂ ਸਾਡੀ ਜ਼ਿੰਦਗੀ ਨੂੰ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਜਾ ਰਿਹਾ, ਇਹਦੇ ਵੱਲੋਂ ਵੱਖ ਵੱਖ ਟਾਈਪ ਦੇ ਜਿਹੜੇ ਸਾਨੂੰ ਪ੍ਰਦੂਸ਼ਣ ਦੇ ਜਿਹੜੇ ਉਹ ਟੇਸਟ ਦਿੱਤੇ ਜਾ ਰਹੇ ਨੇ, ਜਿਹਦੇ ਵਿੱਚ ਸਾਨੂੰ ਸਾਡੀ ਰਾਣਾ ਸ਼ੂਗਰਸ ਵੱਲੋਂ ਸਾਡੀ ਹਵਾ ਨੂੰ ਜਿਹੜਾ ਵਾ ਪਲਿਊਟ ਕੀਤਾ ਗਿਆ, ਸਾਡੇ ਪਾਣੀ ਨੂੰ ਪਲਿਊਟ ਕੀਤਾ ਗਿਆ, ਸਾਡੇ ਘਰਾਂ ਦੇ ਨੇੜੇ ਵੱਡੇ ਵੱਡੇ ਗੰਦਗੀ ਦੇ ਢੇਰ ਜਿਹੜਾ ਉਹ ਲਾ ਦਿੱਤੇ ਗਏ, ਸਾਡਾ ਇੱਥੋਂ ਤੱਕ ਵੀ ਸਾਡਾ ਘਰਾਂ ਤੱਕ ਲੰਘਣਾ ਜਿਹੜਾ ਵਾ, ਜਿਵੇਂ ਇੱਥੇ ਬੁੱਟਰ ਅੱਡੇ ਤੋਂ ਲੈ ਕੇ ਪਿੰਡ ਬੁੱਟਰ ਸਵੀਆ ਤੱਕ ਜਾਂ ਅਗਲੇ ਬੰਨੇ ਦਿਆਲਗੜ੍ਹ ਛੋਟਾ ਬੁੱਟਰ, ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਪਿੰਡਾਂ ਤੱਕ ਜਾਣਾ ਜਿਹੜਾ ਵਾ ਉਹ ਬਹੁਤ ਇਸ ਵੇਲੇ ਔਖਾ ਹੋਇਆ ਪਿਆ। ਉਹਦੇ ਕਾਰਨ ਜਿਹੜਾ ਵਾ ਮੁੱਖ ਕਾਰਨ ਇਹੀ ਆ ਕਿ ਰਾਣਾ ਗੁਰਜੀਤ ਜੋ ਕਿ ਆਪਣੀ ਸੱਤਾ ਦੇ ਹੰਕਾਰ ਦੇ ਵਿੱਚ ਇੱਥੇ ਸਾਡੇ ਲੋਕਾਂ 'ਤੇ ਜਿਹੜਾ ਵਾ ਇਹ ਪ੍ਰਦੂਸ਼ਣ ਦੇ ਨਾਲ ਜਿਹੜਾ ਸਾਡੇ 'ਤੇ ਇਸ ਵੇਲੇ ਜ਼ੁਲਮ ਢਾ ਰਿਹਾ,
ਇਹਦੇ ਸੰਬੰਧੀ ਅਸੀਂ ਆਪਣੇ ਏਰੀਏ ਦੇ ਜਿੰਨੇ ਵੀ ਲੋਕ ਸ਼ਿਕਾਰ ਆ, ਜਿੰਨੇ ਵੀ ਇਸ ਰਾਣਾ ਗੁਰਜੀਤ ਸਿੰਘ ਦੇ ਜ਼ੁਲਮ ਦੇ ਸ਼ਿਕਾਰ ਲੋਕ ਆ, ਅਸੀਂ ਲੋਕਾਂ ਨੇ ਇੱਕ ਆਪਣੀ ਹੁਣ ਇੱਕ ਸੰਸਥਾ ਬਣਾਈ ਹੈ, ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ। ਇਸ ਮੰਚ ਦੇ ਉੱਤੇ ਅਸੀਂ ਸਾਰੇ ਲੋਕ ਜਿਹੜੇ ਉਹ ਇਕੱਠੇ ਹੋਏ ਹਾਂ, ਅਤੇ ਉਹਦੇ ਤੋਂ ਬਾਅਦ ਅਸੀਂ ਆਪਣੀਆਂ ਜਿੰਨੀਆਂ ਵੀ ਏਰੀਏ ਦੀਆਂ 8 ਪੰਚਾਇਤਾਂ ਨੇ ਉਹਨਾਂ ਪੰਚਾਇਤਾਂ ਤੱਕ ਜਿਹੜਾ ਵਾ ਆਪਣੇ ਇਹਨਾਂ ਨੂੰ ਜਾਗਰੂਕ ਕੀਤਾ ਪੰਚਾਇਤਾਂ ਨੂੰ ਕਿ ਇਹਨਾਂ ਦੇ ਰਾਈਟਸ ਕੀ ਨੇ ਅਤੇ ਕਿਹੜੇ ਤਰੀਕੇ ਦੇ ਨਾਲ ਅਸੀਂ ਆਪਣੀ ਜੰਗ ਲੜ ਸਕਦੇ ਹਾਂ। ਇਹਦੇ ਸੰਬੰਧੀ ਅਸੀਂ ਗ੍ਰਾਮ ਸਭਾਵਾਂ ਦੀ ਜਿਹੜੀ ਆ ਸ਼ਕਤੀ ਇਹਨਾਂ ਪੰਚਾਇਤਾਂ ਨੂੰ ਦੱਸੀ, ਅਤੇ ਪੰਚਾਇਤਾਂ ਵੱਲੋਂ ਉਸ ਸ਼ਕਤੀ ਨੂੰ ਵਰਤਦਿਆਂ ਹੋਇਆਂ 8 ਪੰਚਾਇਤਾਂ ਨੇ ਇਹਦੀ ਰਾਣਾ ਸ਼ੂਗਰਸ ਦੀ ਜਿਹੜੀ ਚੌਥੀ ਇੱਥੇ ਈਥੋਨੋਲ ਦੀ ਫੈਕਟਰੀ ਲੱਗ ਰਹੀ ਆ ਉਹਨੂੰ ਆਲਰੇਡੀ ਪਹਿਲਾਂ ਬਹੁਤ ਜ਼ਿਆਦਾ ਪ੍ਰਦੂਸ਼ਣ ਹੋਣ ਦਾ ਕਰਕੇ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਇਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਰਾਣਾ ਸ਼ੂਗਰਸ ਜਿਹੜਾ ਵਾ ਉਹਦੇ ਵੱਲੋਂ ਸਾਡੇ ਪਾਣੀ ਨੂੰ ਪਲੀਤ ਕਰ ਦਿੱਤਾ ਗਿਆ। ਧਰਤੀ ਹੇਠਾਂ ਜਿਹੜਾ ਵਾ ਧਰਤੀ ਹੇਠਲਾ ਜਿਹੜਾ ਸਾਫ਼ ਪਾਣੀ ਆ ਉਹ ਰੋਜ਼ ਦਾ ਲੱਖਾਂ ਲੀਟਰ ਕੱਢ ਕੇ ਜਿਹੜਾ ਉਹਨੂੰ ਵਰਤਣ ਤੋਂ ਬਾਅਦ ਗੰਧਲਾ ਕਰਕੇ ਦੁਬਾਰਾ ਧਰਤੀ ਦੇ ਵਿੱਚ ਜਿਹੜਾ ਉਸ ਗੰਧਲੇ ਪਾਣੀ ਦਾ ਰਸਾਓ ਕੀਤਾ ਜਾਂਦਾ। ਇਹਦੇ ਲਈ ਇੱਥੇ ਪਿਛਲੇ ਬੰਨੇ ਜਿਹੜਾ ਤੁਹਾਨੂੰ ਤਸਵੀਰਾਂ ਦੇ ਵਿੱਚ ਵੀ ਦਿਖਾ ਰਹੇ ਨੇ ਕਿ ਇੱਥੇ 17 ਏਕੜ ਜ਼ਮੀਨ ਦੇ ਵਿੱਚ ਜਿਹੜਾ ਵਾ ਇਹਨਾਂ ਦੇ ਵੱਲੋਂ ਡੂੰਘੀਆਂ ਡੂੰਘੀਆਂ ਖੱਡਾਂ ਪੱਟੀਆਂ ਗਈਆਂ। ਸੋ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਅਜਿਹੀਆਂ ਹੀ ਖਬਰਾਂ ਦੇ ਲਈ ਜੁੜੋ ਕੈਨੇਡੀਅਨ ਮੀਡੀਆ ਦੀ ਟੀਵੀ ਨਾਲ।